ਇਹ ਰਹਿੰਦਾ ਲੀਕ ਆਪਣਾ ਇੱਕ ਇਹਦੇ ਪਾਉਣੇ ਸੀਲ ਬਰੀ ਵਾਲੇ ਮੰਡੀ ਤੋਂ ਕਰਨਾ ਜੀ ਜਗ੍ਹਾ ਦੀ ਕਮੀ ਹੈ ਉੱਤੇ ਮੋਰਾ ਉੱਤੇ ਆ ਗਿਆ ਜਮਾਂ ਹੁਣ ਇੱਥੋਂ ਇਹਨੂੰ ਐਂ ਬਣਾ ਕੇ ਇੱਦਾਂ ਲਿਜਾ ਕੇ ਇੱਦਾਂ ਬਣਾਉਣਾ ਬਾਕੀ ਦੇਖਦੇ ਹਾਂ ਆਵਾਜ਼ ਹੀ ਨਹੀਂ ਕੱਢਦਾ ਜੱਜ ਨਾਲ ਅਤੇ ਨਾਲੇ ਔਖੀ ਜਿਹੀ ਹੋਈ ਜਾਂਦੀ ਤਰਬ ਵੀ ਐਂ ਹੁੰਦਾ ਖੁੱਲ੍ਹਿਆ ਜਾ ਚੇਤੇ ਨਹੀਂ ਕੋਟਲੀ ਸੰਘਲ ਦੀ ਧਰਤੀ ਦੇ ਪਹਿਲੇ ਕੌਲੇ अपनी एरिए मलचर सोसाइटी क्योंकि आलू वगैरह नहीं लगते बाकी साडा एरिया इदां दा तां आपां ही दो किले ऐतकी विच वाह के जिवें लोक भरा बलों करके मलचर मार के सॉरी करदे आ सारा सिस्टम सेम उही करना है बाकी साडी मिट्टी बहुत गिली रहिंदी है ते किदां दा परफॉर्मेंस की सारा कुछ मिलदा वो थानू अगे दिखाने भी मित्र प्यारे घरद्या लूती लावे तो गाला लैन वाला काम ही है ये कि काम पे बच्चे पराली वाहन वाला है आ गया वाडा सारे पिंड उल्टा पर कोई नहीं करा जगाड़ हौली हौली ए कराह नहीं चढ़ता यार गां इन ला के टापे इन फेर चढ़ाने सील लीक आ साले की साले तो पा देंगे को रम अगलैल मगलूल कोई आप हम ट्रैक्टर उत्थे ना लाइए भट्ठी वाले को कड़ दिए लगे रहने चल गए चल तोर चल देख ली उच्ची कड़नी तो कड़ देना चल गए लै चल गए लै भी मित्र प्यारे ये रहिंदा लीक अपना एक ये पौने सील बरी वाले मंडी तो तो इदू बाद ट्रैक्टर चलते हैं संधु जनरेटर आने को जितों आप पहला डीजल वाली टैंकी लाई सी आप हम बनाईए भट्ठी यदि गुरमीत मैस्त्री को आए आप मित्रों बरी वाले ਉੱਥੇ ਲਵਾ ਲਾ ਹੁਣ ਜਿੱਥੇ ਲਵਾਉਣਾ ਹੈ ਸਟਾਰਟ ਨਹੀਂ ਕਰਨਾ ਅਸੀਂ ਮੁੜ ਕੇ ਸਹੀ ਆ ਕਰਦੇ ਬੰਦ ਵੀ ਲਾਉਣੀ ਪੈਣੀ ਚੱਲ ਗਿਆ ਨਹੀਂ ਆਇਆ ਮੈਂ ਥੋੜ੍ਹਾ ਪ੍ਰੀਚਿਆ ਦਿਆ ਵਾ ਆਹ ਕਰਨਾ ਜੀ ਜਗ੍ਹਾ ਦੀ ਕਮੀ ਹੈ ਉੱਤੇ ਮੋਰਾ ਉੱਤੇ ਆ ਗਿਆ ਜਮਾਂ ਹੁਣ ਇੱਥੋਂ ਇਹਨੂੰ ਐਂ ਬਣਾ ਕੇ ਇੱਦਾਂ ਲਿਜਾ ਕੇ ਇੱਦਾਂ ਬਣਾਉਣਾ ਬਾਕੀ ਦੇਖਦੇ ਹਾਂ ਆਵਾਜ਼ ਹੀ ਨਹੀਂ ਕੱਢਦਾ ਜੱਜ ਨਾਲ ਅਤੇ ਨਾਲੇ ਔਖੀ ਜਿਹੀ ਹੋਈ ਜਾਂਦੀ ਤਰਬ ਪਹਿਲਾਂ ਤਾਂ ਵਿਚਾਰੇ ਦਾ ਬਾਹਲਾ ਜਲੂਸ ਕੱਢ ਰੱਖਿਆ ਜੀ ਪਹਿਲਾਂ ਤਾਂ ਮੈਂ ਵਿਚਾਰੀ ਦਾ ਬਾਹਲਾ ਉਹ ਕੱਢ ਰੱਖਿਆ ਜੀ ਲੈ ਵੀ ਕਹਿੰਦੇ थलड़े पाए थोड़ी जी बैथ रही है इतने जाए बिच वड़दा जा ए माड़ा जा मार ली कहो बस थोड़ा बिच पै थलो हाँ थोड़ी आ पैप लगती जी इधरों आए आप लिया के कोर कोर के उत्तों की लगती माड़ी जी ਆ ਕੋਰ ਦੇ ਉੱਤੋਂ ਇਥੋਂ ਇਹ ਤਾਂ ਕਰਦਾ ਹੈ ਸੈਟ ਬਾ ਕੋਈ ਨਹੀਂ ਉਹ ਵੈਲਡਿੰਗ ਲੱਗਿਆ ਨਾ ਸਹੀ ਓਕੇ ਹੋ ਗਿਆ ਕੰਮ ਅੱਗੇ ਤਾਂ ਬਾਲਾ ਵਿਚਾਰੀ ਦਾ ਸਾਹ ਗੁੰਮ ਹੋਇਆ ਪਿਆ ਸਹੀ ਗੱਲ ਹੈ ਨਾ ਭਾਈ ਨਵਾਂ ਸੈਟ ਹੈ ਕੰਮ ਦੋ ਤਿੰਨ ਰਹਿੰਦੇ ਟਰੈਕਟਰ ਦੇ ਆਪਾਂ ਥੋੜੇ ਥੋੜੇ ਕਰਾ ਰਹੇ ਹਾਂ ਇੱਕ ਇੱਥੇ ਪਾਇਪ ਲਾ ਰਹੇ ਹਾਂ ਯਾਰ ਮਗੜਗਾੜਾਂ 'ਚ ਮਾੜਾ ਜਿਹਾ ਸਪੋਰਟ ਨੂੰ ਸਪੋਰਟ ਹੈ ਨਹੀਂ ਸੀ ਜਮੇ ਪਹਿਲਾਂ ਜਿਹੜਾ ਲੱਗਿਆ ਸੀ ਨਾ ਬਾਬੇ ਉਹ ਆਹ ਲੱਗਿਆ ਸੀਗਾ ਇਹ ਵੀ ਜਾਣੀ ਉਹ ਦੇਗਾ ਤੇ ਆਹ ਲੋਹਾ धक्के बी और वैल्ड कराया भी कर दौ यार कुछ ने दस ए कोरते ही वैल्ड करता जी हूँ कई वीर कहे तो कलंप चढ़ जाता जौन डीयर वाला आ कोरते पर कलंप चढ़ाने का जोड़ा अपने को समा है नहीं इन्ना समा कदे नहीं होया अपना जमें मौके पर तुरते हमने तो जगह नहीं बजती मोरा इतने उत्ते आ जाता जमा तो बाकी भट्ठी दे जगह बदलने का बाला जगाड़ व्डा तो वो इन्हों बना के पाता आ जौन डीयर की आप सतनाम तो लिया जी मेरे वीर तो बरगाड़ी वाले तो वो लगी है थोड़ा जहा बाल दी सैटिंग हिलानी पई सी
ਕਿਉਂਕਿ ਸੈੱਟ ਨਹੀਂ ਆਉਂਦਾ ਸੀ ਤਾਂ ਮਾਵੇ ਵਾਲ ਦੇ ਸੱਲ ਬਦਲੇ ਆ ਤਾਂ ਮੈਨੂੰ ਲੱਗਦਾ ਹਜੇ ਵੀ ਵਾਲ ਛੇਤੀ ਖੁੱਲ੍ਹ ਜਾਂਦਾ ਲੋੜ ਪੈਣ 'ਤੇ ਬਾਕੀ ਆਪਣਾ ਡੰਗ ਲਈ ਜਾਂਦਾ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਪਹਿਲਾਂ ਦੇਖ ਲੈ ਇਹਦੇ 'ਚ ਸਾਹ ਕਿਵੇਂ ਆਊਗਾ ਬੜਾ ਛੋਟਾ ਹੀ ਕੰਮ ਇੱਕ ਨਾ ਇਹ ਨਾ ਜਿਹੜੀ ਇਹ ਚਾਦਰ ਦੀ ਬਣਾ ਕੇ ਲਾਵੇ ਅਸਲ ਦੇ ਵਿੱਚ ਜੇ ਹੈਗਾ ਸਮਾਂ ਇਹਨੂੰ ਵੱਢ ਲਿਆ ਆਪਾਂ ਅਤੇ ਪਤਲੀ ਨਾ ਜਿਵੇਂ ਚਾਦਰ ਦੀ ਲਾਵੇ ਹੈਗੀ ਸਖ਼ਤ ਨਾ ਤਾਂ ਇਹਨੂੰ ਕਲੰਪ ਕੋ ਕਰਦਾ ਸਮਝ ਗਿਆ ਇਹ ਹੋਵੇ ਪਤਲੀ ਹੋਵੇ ਚਾਦਰ ਦਾ ਗੋਲ ਮੋੜ ਕੇ ਬਣਾਇਆ ਪੈਪ ਉਹਨੂੰ ਫਿਰ ਕਲੰਪ ਵਧੀਆ ਕਸ ਪਾਉਂਦਾ ਇਹ ਸਾਲਾ ਐਂ ਸਿਮਦਾ ਹੀ ਰਹਿੰਦਾ ਥੱਲੇ ਨੂੰ ਜੇ ਚਾਦਰ ਦਾ ਬਣਾ ਦੇ ਤਾਂ ਜਮਾਂ ਅੱਜ ਦੁੱਖ ਹੀ ਟੁੱਟ ਜਾਣਾ ਫਿਰ ਤਾਂ ਫਿਰ ਹੀ ਰਹਿ ਜਾਣੇ ਅੱਗੇ ਛੇ ਮਹੀਨੇ ਤੋਂ ਆਇਆ ਚੱਲ ਇਹਨੂੰ ਬਸ ਲੀਕ ਨਾ ਆਵੇ ਤੇ ਇੱਕ ਸਿੱਧੀ ਰਵੇ ਮੈਂ ਤਾਂ ਇਹੀ ਕਹੂੰਗਾ ਤੈਨੂੰ ਪੈਪ ਸਿੱਧੀ ਚਾਹੀਦੀ ਮੈਨੂੰ ਸੂਤ ਦਾ ਫਰਕ ਕੱਢੇਗਾ ਬਾਈ ਹੈ ਮੰਦਾ ਤੂੰ ਮੈਨੂੰ ਪੂਰਾ ਸ਼ੌਂਕ ਟੱਕਰ ਗਿਆ ਸਿਰਾ ਹੀ ਲਾਈ ਆਉਣਾ ਜਾਵਾ ਨੀਵਾਂ ਆਊਗਾ ਹੈਗਾ ਉਹਨੂੰ ਨੀਵਾਂ ਕਰ ਲਈਏ ਫਿਰ ਇਹਨੂੰ ਤਾਂ ਚੱਕ ਲਈਏ ਇਹਨੂੰ ਤਾਂ ਚੱਕ ਲਾ ਚੱਲ ਯਾਰ ਅੱਖਾਂ ਆਪਣੀਆਂ ਸਹੀ ਹੁੰਦੀਆਂ ਤਕਰੀਬਨ ਹੈ ਨਾ ਲੱਗਦਾ ਸੀ ਨਾ ਥੱਲੋਂ ਮਿਣੀਏ ਤਾਂ ਬਰਾਬਰ ਹੈ ਵੇਖਣ ਨੂੰ ਲੱਗਦਾ ਇਹਨੂੰ ਮੈਂ ਤਾਂ ਉਹਨੂੰ ਤਾਂ ਚੱਕ ਲਾ ਚੱਲ ਇੰਨੇ ਇਹਨਾਂ ਦਾ ਕੀ ਹੋਣਾ ਜਿਹੜਾ ਮਰਜ਼ੀ ਵੀ ਐਂ ਹੁੰਦਾ ਖੁੱਲ੍ਹਿਆ ਜਾ ਚੇਤੇ ਨਹੀਂ ਊਂ ਰਿੰਗ ਵੇਖ ਲਏ ਸਹੀ ਹੈ ਸਾਰਾ ਸਿਸਟਮ ਅਤੇ ਇਹ ਵਿੱਚੋਂ ਗੰਦ ਗੁੰਦ ਨਿਕਲਿਆ ਕਿ ਨਹੀਂ ਹੋ ਹੀ ਜਾਂਦਾ ਨਾ ਹੁਣ ਸਾਰਾ ਨਵਾਂ ਬਣਾ ਦੇ ਆਪਾਂ ਆਪਣੇ ਟਰੈਕਟਰ ਮਗਰ ਹੀ ਰੱਖਣਾ ਹੁੰਦਾ ਤਾਂ ਪੂਰਾ ਵਧੀਆ ਧੋ ਧਾ ਕੇ ਨਾ ਠੀਕ ਹੈ ਜੀ ਕਿ ਵੋਟਾਂ ਵਾਲਿਆਂ ਦਾ ਜਾਣਾ ਅੱਛਾ ਸਪੋਰਟ ਵੀ ਲਾ ਦੀ ਯਾਰ ਠੀਕ ਹੈ ਯਾਰ ਮੁੰਡਾ ਪੂਰਾ ਹੀ ਭੈਣ ਗੱਲਬਾਤ ਕਰਦੀ ਲੈ ਵੀ ਗੱਲ ਜਮਾਂ ਕੋਕੇ ਹੀ ਜੜ ਤੇ ਰਹਿਣਾ ਆਹ ਢਿੱਲਾ ਯਾਰ ਇਹਦਾ ਹੀ ਕਰਾਂਗੇ ਸਾਗ ਦੇ ਨੇ ਤਾਂ ਮੜਾ ਯਾਰ ਅਗੜ ਦੀਏ ਕਿਆ ਬਾਤ ਆ ਗਿਆ ਟਰਬ ਹੀ ਸੋਹਣੀ ਲੱਗਣ ਲੱਗ ਗਈ ਸ਼ੇਰਾ ਨਹੀਂ ਬਹੁਤ ਸੋਹਣਾ ਕੰਮ ਹੋਇਆ ਅੜਕੀ ਦਾ ਮਾਣ ਤਾਂ ਯਾਰ ਜਿਹੜੀ ਗੱਲ ਹੈ ਹੀ ਸਲਾਹੁਣ ਵਾਲੀ ਦੱਸ ਲੈ ਹੁਣ ਮੁੰਡੇ ਹਨੇਰੇ 'ਚ ਆ ਕੇ ਟੱਕਰਾਂ ਕੱਢੀ ਆਉਣਾ ਗੋਤੀ ਆ ਕੇ ਪੱਤੀਆਂ ਫਿਰ ਕੱਟ ਪਾ ਵਾ ਪੂਰੀਆਂ ਲਵਾਉਣੀਆਂ ਏ ਮਗਰ ਡੰਡੇ ਵਾਲੀ ਥਾਂ 'ਤੇ ਐਂਡ ਗੱਲਬਾਤ ਕਰਾ ਦਿੰਦੇ ਅੱਜ ਆਪਾਂ ਇਹ ਬਾਬੇ ਉਹ ਜਿਹੜਾ ਟਰਾਲੇ ਦਾ ਜੈੱਕ ਦੀ ਸੀਲ ਲੀਕ ਸੀ ਜਾਣੀ ਸਿਮ ਦਾ ਜਿਹਾ ਰਹਿੰਦਾ ਸੀਗਾ ਨਾ ਸੀਲ ਘਟਾ ਦਿੰਦਾ ਸੀ ਤਾਂ ਇਹਦੇ 'ਤੇ ਖਰਚਾ ਜਿਹੜਾ 5-6-7 ਸੌ ਰੁਪਈਆ ਲੇਬਰ ਲੈ ਗਿਆ ਬਾਈ ਅਤੇ 500 ਦੀਆਂ ਇਹਦੀਆਂ ਸੀ ਆਪਣੇ ਆਏ ਰਬੜ ਰਿੰਗ ਜਿਹੇ ਆਏ ਸਾਰੇ ਅਤੇ ਬਾਕੀ ਟਰਬੋ ਦਾ ਕੰਮ ਤਕਰੀਬਨ ਇਹ ਆਪਣੀ ਮਰਜ਼ੀ ਨਾਲ ਹੋਇਆ ਕੋਈ ਭਰਾ ਏ ਨਾ ਕਿ ਉਹ ਜੇ ਵੈਲਡ ਕਰਾਤਾ ਕਲੰਪ ਪਾਉਣਾ ਸੀ ਜਾਂ ਕਰਨਾ ਸੀ ਪਰ ਕਲੰਪ ਕਲੂੰਪ ਵਾਲੇ ਚੱਕਰਾਂ 'ਚ ਆਪਾਂ ਨਹੀਂ ਪੈਂਦੇ ਕਿਉਂਕਿ ਆਪਾਂ ਕਿਹੜਾ ਪੱਕੀ ਲਾਈ ਰੱਖਣੀ ਹੁੰਦੀ ਪਤਾ ਨਹੀਂ ਕਿੱਦੇ ਲਾਹ ਦੇਣੀ ਕਿੱਦੇ ਲਾ ਲੈਣੀ ਆ ਤਾਂ ਸੋ ਐਵੇਂ ਨਜਾਇਜ਼ ਭਕਾਈ ਨਹੀਂ ਕਰੀ ਇਹਦੇ 'ਤੇ ਲਿਆ ਕੇ ਆਪਾਂ 100 ਵਾਲਾ ਰੰਗ ਜਿਹਾ ਸੀਗਾ ਘਰ ਪਿਆ ਉਹ ਮਾਰਤਾ